ਪੜ੍ਹਾਈ ਛਡਾ ਅਸੀਂ ਬੱਚੇ ਨੂੰ ਲਾਇਆ, ਅਸੀਂ ਕਰਜ਼ਾ ਚੱਕ ਕੇ ਕਮਰਾ ਬਣਾਇਆ। ਪਹਿਲਾਂ ਇੱਕ ਵਾਰੀ ਇੱਥੇ ਗਏ ਵੀ ਨੇ, ਵੀ ਉੱਥੇ ਕਹਿੰਦੇ ਸੀ ਵੀ ਚਲੋ ਅਸੀਂ ਕਹਿੰਦੇ ਆ ਵੀ ਕਿਸੇ ਚੰਗੀ ਥਾਂ ਤੇ ਰੱਖਿਆ ਜਾਵੇ, ਇਹਦਾ ਪੰਚਾਇਤ ਵੱਲੋਂ ਬਹੁਤ ਏਦਾਂ ਇਲਾਜ ਕਰਾਇਆ, ਬਹੁਤ ਦਵਾਈ ਤੇ ਪੈਸੇ ਲਾਏ, ਅੰਮ੍ਰਿਤਸਰੋਂ ਇਲਾਜ ਕਰਾਉਂਦੇ ਰਹੇ, ਫਰੀਦਕੋਟੋਂ ਇਲਾਜ ਕਰਾਉਂਦੇ ਰਹੇ, ਲੁਧਿਆਣੇ ਵਿੱਚੋਂ ਇਲਾਜ ਕਰਾਉਂਦੇ ਰਹੇ। ਗਰੀਬ ਬੰਦੇ ਦਿਹਾੜੀਦਾਰ ਹੈਗੇ, ਜਿੰਨਾ ਸਾਡਾ ਸਾਡਾ ਦਿਹਾੜੀ ਦਾ ਬਣਦਾ ਸੀ ਦਵਾਈਆਂ ਤੇ ਪੈਸੇ ਲਾਉਣੇ, ਸਾਡੀ ਕੋਈ ਵੀ ਮਦਦ ਨਹੀਂ ਕਰਦਾ, ਨਾ ਕੋਈ ਸਰਪੰਚ ਨਾ ਕੋਈ ਮੈਂਬਰ। ਜੇ ਮਕਾਨ ਵੀ ਆਉਂਦਾ ਜੀ, ਉਹ ਹੋਰ ਕਿਸੇ ਦਾ ਬਣ ਜਾਂਦਾ, ਸਾਡਾ ਮਕਾਨ ਵੀ ਨਹੀਂ ਬਣਦਾ। ਪੜ੍ਹਾਈ ਛੱਡ ਕੇ ਆਪਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿੰਨੀ ਗਰੀਬੀ ਹੈਗੀ ਹੈ, ਫਿਰ ਉਹ ਰਿਟਾਇਰ ਹੋਇਆ।